ਕਿ ਜੋ ਪਰਮਾਤਮਾ ਹੈ ਉਹ ਕੁਦਰਤ ਦੇ ਵਿੱਚ ਹੀ ਵਸਿਆ ਹੋਇਆ ਔਰ ਸਦੀਆਂ ਤੋਂ ਮਨੁੱਖ ਦੀ ਇਹ ਚਾਹਨਾ ਰਹੀ ਹੈ ਕਿ ਮੈਂ ਪਰਮਾਤਮਾ ਨੂੰ ਮਿਲਾਂ ਪਰ ਪਰਮਾਤਮਾ ਜੋ ਕੁਦਰਤ ਵਿੱਚ ਹੀ ਵਸਿਆ ਹੋਇਆ ਹੈ ਉਸ ਨੂੰ ਉਹ ਨਹੀਂ ਪਹਿਚਾਣ ਰਿਹਾ ਪਰ ਕੁਦਰਤ ਦਾ ਹੀ ਨਾਸ ਕਰ ਰਿਹਾ ਹੈ ਜਿਸ ਤਰ੍ਹਾਂ ਕਿ ਕਟਾਈ ਕਰਕੇ ਪ੍ਰਦੂਸ਼ਣ ਨੂੰ ਗੰਦਾ ਕਰਕੇ ਧਮਨੀ ਪ੍ਰਦੂਸ਼ਣ ਦੇ ਦੁਆਰਾ ਇਸ ਤੋਂ ਬਾਅਦ ਦੇਣ ਹਰ ਸਭ ਜੀਵਨ ਆ ਰਿਹਾ ਮਨੁੱਖ ਕਾਹੇ ਕਿਉਂ ਵਿਸਾਰਾ ਮਨ ਹਰ ਇਨਸਾਨ ਨੇ ਉਸ ਮੂਰਖ ਨੇ ਉਸ ਰੱਬ ਨੂੰ ਕੁਦਰਤ ਨੂੰ ਭੁਲਾ ਕੇ ਵਿਸਾਰ ਦਿੱਤਾ ਹੈਗਾ ਔਰ ਕਿਸ ਤਰ੍ਹਾਂ ਵਿਸਾਰ ਦਿੱਤਾ ਹੈ ਆਪਾਂ ਅਗਰ ਆਪਾਂ ਆਪਣੇ ਆਲੇ ਦੁਆਲੇ ਵੇਖੀਏ ਤਾਂ ਆਪਾਂ ਨੂੰ ਲੱਗਦਾ ਆਮ ਵੇਖ ਦੇ ਵਿੱਚ ਮਿਲਦਾ ਹੈ ਕਿ ਅੰਧਾ ਧੁੰਦ ਕਟਾਈ ਹੋ ਰਹੀ ਹੈ ਉਹਨਾਂ ਦਰਖਤਾਂ ਦੀ ਜਿਹਨਾਂ ਦੀ ਕਿ ਲੋੜ ਹੈ ਅੱਜ ਸਾਨੂੰ ਇੱਕ ਪ੍ਰਕਿਰਤੀ ਦਾ ਸਿਧਾਂਤ ਹੈ ਕਿ ਜਿੱਥੋਂ ਜਿੰਨੀ ਚੀਜ਼ ਲਈਏ ਉੱਥੇ ਓਨੀ ਚੀਜ਼ ਦੇ ਦਈਏ ਜਿਸ ਤਰ੍ਹਾਂ ਕਿ ਘਰੋਂ ਅਸੀਂ ਕੋਈ ਚੀਜ਼ ਲੈਂਦੇ ਹਾਂ ਉਹ 50% ਲੈਂਦੇ ਹਾਂ ਸਾਨੂੰ ਚਾਹੀਦਾ ਕਿ ਅਸੀਂ ਉੱਥੇ ਉਹਨੇ ਵਾਪਸ ਕਰ ਲਈਏ ਇਸ ਕਾਲਜ ਵਿੱਚ ਗੁਰਮਤ ਵਿਦਿਆ ਲੈ ਰਹੇ ਹਾਂ ਜੋ ਕੁਛ ਇੱਥੋਂ ਲੈ ਰਹੇ ਹਾਂ ਸਾਨੂੰ ਚਾਹੀਦਾ ਕਿ ਅਸੀਂ ਓਨੀ ਚੀਜ਼ ਇੱਥੇ ਵਾਪਸ ਕਰ ਦਈਏ ਪਰ ਅਸੀਂ ਨਹੀਂ ਕਰ ਰਹੇ ਇਸੇ ਸਿਧਾਂਤ ਦੇ ਵਾਤਾਵਰਣ ਦੇ ਵਿੱਚ ਵੀ ਇਹ ਵੀ ਸਿਧਾਂਤ ਹੈ ਕਿ ਅਸੀਂ ਜਿੱਥੋਂ ਜਿਹੜੀ ਚੀਜ਼ ਨਹੀਂ ਲੈ ਰਹੇ ਹਾਂ ਉਹਨੀ ਵਾਪਸ ਕਰ ਦਈਏ ਜਿਸ ਤਰ੍ਹਾਂ ਹਵਾ ਲੈ ਰਹੇ ਹਾਂ ਅਸੀਂ ਇਸ ਵਾਤਾਵਰਣ ਤੋਂ ਪਰ ਅਸੀਂ ਹਵਾ ਵਾਪਸ ਨਹੀਂ ਕਰ ਰਹੇ ਪਲਾਂਟੇਸ਼ਨ ਦੁਆਰਾ ਅਸੀਂ ਅੰਨ ਦੇ ਵਾਸਤੇ ਫਸਲਾਂ ਤੋਂ ਉਗਾ ਰਹੇ ਹਾਂ ਪਰ ਉਸ ਜੋ ਅੰਨ ਨੂੰ ਉਗਾਉਣ ਵਾਸਤੇ ਜਿਹੜੀ ਸੋਇਲ ਕੰਜ਼ਰਵੇਸ਼ਨ ਦੇ ਵਿੱਚ ਜਿਹੜੀ ਔਰਗੈਨਿਕ ਮੈਟਰ ਖਤਮ ਹੋ ਰਿਹਾ ਅਸੀਂ ਉਹਨਾਂ ਨੂੰ ਡਿਵੈਲਪ ਨਹੀਂ ਕਰ ਰਹੇ ਔਰਗੈਨਿਕ ਮੈਟਰ ਧਰਤੀ ਦੇ ਵਿੱਚ ਨਹੀਂ ਦੇ ਰਹੇ ਦੁਬਾਰਾ ਬਲਕਿ ਫਰਟੀਲਾਈਜ਼ਰ ਦਾ ਯੂਜ਼ ਕਰਕੇ ਦੁਬਾਰਾ ਹੋਰ ਡਬਲ ਪ੍ਰੋਡਕਸ਼ਨ ਅਸੀਂ ਲੈ ਰਹੇ